ਸੋ ਇੱਕ ਹੁਣ ਆਪਾਂ ਛੋਟਾ ਜਿਹਾ ਗੇਮ ਸੈਗਮੈਂਟ ਰੱਖਾਂਗੇ ਠੀਕ ਹੈ ਨੈਵਰ ਆਈ ਹੈਵਰ ਨੈਵਰ ਆਈ ਹੈਵ ਐਵਰ ਠੀਕ ਹੈ ਸਪੈਸ਼ਲ ਛੜਾ 라ਉਂਡ ਹੈ ਤੇ ਮੈਂ ਤਿੰਨ ਸਵਾਲ ਹੀ ਪੁੱਛੂੰਗੀ ਪਰ ਤੋ ਦੋਨੋਂ ਆ ਤੋ ਸੇਮ ਸੇਮ ਸਵਾਲ ਹੈ ਤੇ ਤੁਸੀਂ ਆਨਸਰ ਕਰਨਾ ਓਕੇ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ ਇਹ ਦੱਸਣਾ ਕਦੇ ਕਿਸੇ ਛੜੇ ਦਾ ਮਜ਼ਾਕ ਉਡਾਇਆ ਹੋਵੇ ਪਹਿਲੇ ਦਿਲਜੀਤ ਤੁਸੀਂ ਦੱਸ ਦੋ ਨੈਵਰ ਜੀ ਮੈਂ ਤਾਂ ਵੱਡ ਦੂੰ ਫੜ ਕੇ ਇੰਦਾ ਕਿਦਾਂ ਮਜ਼ਾਕ ਉਡਾ ਦੇਵੇਂਗੇ ਤੁਸੀਂ ਫੈਨੋ ਚ ਦੇਖੋ ਤਾਂ ਸਹੀ ਮੇਰਾ ਕਿਰਦਾਰ ਫੇਰ ਪਤਾ ਲੱਗਣਾ 21 ਨੂੰ ਤੁਸੀਂ ਮੈਂ ਉਡਾਇਆ ਹੈ ਹੈ ਸੱਚੀ ਹਾਂ ਮੇਰਾ ਇੱਕ ਦੋਸਤ ਹੈ ਸੁਮਿਤ ਉਹ ਬੰਬਈ ਦਾ ਰਾਈਟਰ ਹੈ ਵੀ ਅੱਛਾ ਨਾਮ ਵੀ ਦੱਸਦਾ ਤੁਸੀਂ ਤੇ ਉਹ ਛੜਾ ਹੈ ਤੇ ਉਹ ਤਾਂ ਮੈਂ ਬਹੁਤ ਮਜ਼ਾਕ ਖੜਾਉਂਦਾ ਵੈਰੀ ਬੈਡ ਯਾਰ ਭਾਈ ਵੈਰੀ ਬੈਡ ਆਪ ਡਾਇਲੋਗ ਦੇਖੋ ਕਿਦਾਂ ਦੇ ਲਿਖੇ ਫਿਲਮ ਚ ਸੁਣ ਦੇ ਕਿ ਹੋ ਜਾਏਗਾ ਤੁਹਾਡੀ ਤੁਹਾਡੇ ਟ੍ਰੇਲਰ ਵੇਖ ਕੇ ਮੈਨੂੰ ਲੱਗਿਆ ਕਿ ਛੜਿਆਂ ਦੀ ਜਿਹੜੀ ਲਾਈਫ ਹੈ ਉਹ ਸੌਰਟਡ ਹੈ ਬਿਲਕੁਲ ਕਿ ਕੋਈ ਟੈਨਸ਼ਨ ਨਹੀਂ ਹੈ ਨਾ ਕੋਈ ਰੋਕ ਟੋਕ ਹੈਗੀ ਹੈ ਨਹੀਂ ਉਹ ਨਹੀਂ ਉਹ ਫਿਲਮ ਚ ਪਤਾ ਲੱਗਣੀ ਜੋ ਟ੍ਰੇਲਰ ਕਹਿ ਰਿਹਾ ਉਹਦਾ ਨਹੀਂ ਹੈਗੀ ਫਿਲਮ ਅੱਛਾ ਉਹ ਤਾਂ ਨਹੀਂ ਹੈ ਚਲ ਮੈਨੂੰ ਮੈਨੂੰ ਮੇਰੀ ਪਰਸੈਪਸ਼ਨ ਜਿਹੜੀ ਉਹ ਚੇਂਜ ਹੋ ਗਈ ਟ੍ਰੇਲਰ ਵੇਖ ਕੇ ਯਾ 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 ਓਕੇ ਅਗਲਾ ਜਿਹੜਾ ਸਵਾਲ ਹੈ ਉਹ ਹੈ ਕਿ ਕਦੇ ਕਿਸੇ ਨੂੰ ਸਿੰਗਲ ਰਹਿਣ ਦੀ ਸਲਾਹ ਦਿੱਤੀ ਹੋਵੇ ਮੈਂ ਤਾਂ ਬਹੁਤ ਜਣੇ ਨੂੰ ਦਿੱਤੀ ਜੀ ਬਹੁਤ ਜਣੇ ਨੂੰ ਮੈਂ ਸਲਾਹ ਦਿੱਤੀ ਹੈ ਰੀਸੈਂਟਲੀ ਦਿੱਤੀ ਕਿਸੇ ਨੂੰ ਮੈਂ ਹਮੇਸ਼ਾ ਹੀ ਦਿੰਦਾ ਜੀ ਜਿਹੜਾ ਕੋਈ ਨਵਾਂ ਮੈਨੂੰ ਚੋਬਰ ਮਿਲਦਾ ਨਾ ਮੈਂ ਕਿਹਾ ਬਚੋ ਭਾਈ ਜਿੰਨਾ ਬਚ ਹੁੰਦਾ ਹਾਂ ਤੁਸੀਂ ਦੱਸੋ ਹਾਂ ਜੀ ਬਹੁਤ ਤਾਂ ਦਿੱਤੀ ਮਤਲਬ ਤੁਹਾਨੂੰ ਲੱਗਦਾ ਹੈ ਕਿ ਸਿੰਗਲ ਰਹਿਣਾ ਬੈਟਰ ਹੈ ਨਹੀਂ ਮਤਲਬ ਹਾਂ ਨਹੀਂ ਠੀਕ ਹੈ ਕਿਸੇ ਹੱਦ ਤੱਕ ਕਰੋ ਕਰੋ ਜੇ ਕਰੋ ਕਰੋ ਲਓ ਪਰ ਇਹ ਹੋਇਆ ਕਿ ਤੁਸੀਂ ਉਪਕੇ ਹੀ ਸਾਡੇ ਬਾਕੀ ਦਾ ਕੋਣਟਾ ਹੁੰਦਾ ਕبھی ਕبھی ਅਸੀਂ ਨੇ ਆਪਣੇ ਦਿਲ ਕੋ यूं ਵੀ ਬਹਲਾਇਆ ਹੈ ਜਿਨ ਬਾਤੋਂ ਕੋ ਖੁਦ ਨਹੀਂ ਸਮਝੇ ਔਰੋਂ ਕੋ ਸਮਝਾਇਆ ਹੈ ਉਹ ਵੜਾ ਕੰਮ ਹੈ ਸੋ ਜਿਹੜਾ ਆਖਰੀ ਸਵਾਲ ਹੈ ਇਹ ਹੈ ਕਿ ਕਦੇ ਕਿਸੇ ਫਰੈਂਡ ਦੇ ਵਿਆਹ ਤੇ ਉਸ ਨੂੰ ਕਿਹਾ ਹੋਵੇ ਹਜੇ ਵੀ ਟਾਈਮ ਹੈ ਸੰਭਲ ਜਾ ਮੈਂ ਜਾ ਤਾ ਜਿਹੜੇ ਵਿਆਹ ਕੀਤੇ ਜੀ ਮੈਂ ਤਾਂ ਪੈਸੇ ਪੁਸੇ ਲੈ ਕੇ ਕੀਤੇ ਮੈਂ ਪ੍ਰੋਗਰਾਮ ਹੀ ਲਾਏ ਬਿਆਂ ਉਹਨਾਂ ਦੇ ਤੇ ਆਪਾਂ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਵਿਆਹ ਤੇ ਜਾਂਦੇ ਸੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਵਿਆਹ ਮੁੰਡੇ ਪ੍ਰੋਗਰਾਮ ਲਾਏ ਨਹੀਂ ਤੇ ਨਹੀਂ ਬਿਆਹ ਤੇ ਜਾ ਕੇ ਨਹੀਂ ਗਿਆ ਮਤਲਬ ਕਿਸੀ ਕੋਈ ਬਹੁਤ ਲੋਸਟ ਫਰੈਂਡ ਹੋਵੇ ਉਹਨੂੰ ਸਲਾਹ ਦਿੱਤੀ ਹੋਈ ਮਜ਼ਾਕ ਚ ਨਹੀਂ ਮਜ਼ਾਕ ਚ ਵੀ ਨਹੀਂ ਕਿਹਾ ਉਹ ਤਾਂ ਫਿਰ ਹੁਣ ਵਿਚਾਰਾ ਜਿਹੜਾ ਹੁਣ ਤਾਂ ਖੜਾ ਹੀ ਹੈ ਨਾ ਤਾਂ ਤਾਂ ਲੈ ਲੈ ਉਹ ਤਾਂ ਨੇ ਸਟੈਂਡ ਨਹੀਂ ਲਿਆ ਜਿਹਨੇ ਹੁਣ ਕਿਹਾ ਕਰੇ ਉਹਨੂੰ ਤਾਂ ਫਿਰ ਬੰਦਾ ਹੇ ਹੇ ਕਰ ਸਕਦਾ ਹੁਣ ਵੀ ਚੱਲ ਭਾਈ ਆ ਜਾ ਖਿੱਚਦੇ ਕੰਮ ਹੁਣ ਨਹੀਂ ਕੀਤਾ ਜੀ ਨਹੀਂ ਨਹੀਂ ਉਦੋਂ ਤਾਂ ਪਤਾ ਹੀ ਹੁੰਦਾ ਹੈ ਕਿ ਬਸ ਹੁਣ ਤਾਂ ਕੰਮ ਹੋ ਗਿਆ ਆਪਚਾਰਿਕਤਾ ਮਤਲਬ ਰਹੀ ਜੀ ਚਲੋ ਇਹ ਬਹੁਤ ਵਧੀਆ ਤਿੰਨੀ ਸਵਾਲ ਸੀਗੇ ਪਰ ਬਹੁਤ ਓਨੈਸਟਲੀ ਤੁਸੀਂ ਆਨਸਰ ਦਿੱਤੇ ਹੈ ਤੇ ਥੈਂਕ ਯੂ ਵੈਰੀ ਮਚ ਛੜੇ ਦਾ ਇਹ ਛੋਟਾ ਜਿਹਾ ਮੈਂ ਰੱਖਿਆ ਹੋਇਆ ਸੀ ਵਖਰਾ ਕਿ ਆਪਾਂ ਪੁੱਛਣਾ ਚਾਹਾਂਗੇ ਕਿ ਜੋ ਤੁਸੀਂ ਦਿਖਾ ਰਹੇ ਹੋ ਫਿਲਮ ਦੇ ਵਿੱਚ ਹੈ ਨਾ ਕਿ ਵਾਕਈ ਤੁਸੀਂ ਛੜਿਆਂ ਵਾਲੀ ਛੜਿਆਂ ਵਾਲੀ ਸਾਈਡ ਹੋ ਕਿ ਨਹੀਂ ਹੋ ਹੈ ਨਾ ਬਿਲਕੁਲ ਬਿਲਕੁਲ ਨਹੀਂ ਪਰ ਮੈਨੂੰ ਤਾਂ ਲੱਗਾ ਪ੍ਰੋਮੋਸ਼ਨ ਜਿਹੜੀ ਆ ਉਹ ਜਿਹੜਾ ਟ੍ਰੇਲਰ ਲੁੱਕ ਹੀ ਦੇਖਦੇ ਨੇ ਜਦੋਂ ਉਹ ਡਿਸਾਈਡ ਕਰ ਲੈਂਦੇ ਆ ਫਿਲਮ ਦੇਖਣੀ ਕਿ ਨਹੀਂ ਦੇਖਣੀ ਉਸ ਤੋਂ ਬਾਅਦ ਰੀਕਾਲ ਵੈਲਿਊ ਹੈ ਜਿਹੜੀ ਤੁਸੀਂ ਬਾਰ ਬਾਰ ਕਹੀ ਜਾਂਦੇ ਆ ਹੈ ਨਾ ਤੇ ਪਰ ਇਦਾਂ ਨਹੀਂ ਕਿ ਤੁਹਾਡੇ ਕਹਿਣ ਤੇ ਕਿਸੇ ਨੇ ਚਲੇ ਜਾਣਾ ਵੀ ਮੈਂ 10 ਇੰਟਰਵਿਊ ਕਰ ਲਵਾਂ ਤੇ ਮੈਂ ਦੋ ਸ਼ੋਅ ਕਰ ਲਵਾਂ ਉਸ ਚੱਕਰ 'ਚ ਕੋਈ ਫਿਲਮ ਦੇਖਣ ਚਲ ਜਾਊਗਾ ਜੇ ਮੈਂ ਸ਼ੋਅ ਕਰ ਰਿਹਾ ਤੇ ਉੱਥੇ ਬਹੁਤ ਸਾਰਾ ਇਕੱਠ ਹੋ ਗਿਆ 10000 15000 ਬੰਦਾ ਇਕੱਠਾ ਹੋ ਗਿਆ ਉਹ 15000 ਬੰਦਾ ਤੁਹਾਡਾ ਫਿਲਮ 'ਚ ਤਬਦੀਲ ਹੋਣਾ ਜ਼ਰੂਰੀ ਨਹੀਂ ਫਿਲਮ ਜਿਹੜੀ ਜਾ ਕੇ ਥੀਏਟਰ 'ਚ ਦੇਖਣਾ ਨਾ ਉਹ ਤੁਹਾਡੇ ਟ੍ਰੇਲਰ ਤੋਂ ਡਿਸਾਈਡ ਕਰਦਾ ਬੰਦਾ ਮੈਨੂੰ ਪਰਸਨਲ ਇਦਾਂ ਲੱਗਦਾ ਜੇ ਮੈਨੂੰ ਕੋਈ ਟ੍ਰੇਲਰ ਵਧੀਆ ਲੱਗਦਾ ਤਾਂ ਮੈਂ ਫਿਲਮ ਦੇਖੂਗਾ ਨਹੀਂ ਤਾਂ ਉਹ ਆਰਟਿਸਟ چاہے ਮੇਰਾ ਫੇਵਰਿਟ ਵੀ ਹੋ ਆ ਕੇ ਬੋਲੀ ਜਾਵੇ ਵੀ ਯਾਰ ਐ ਮੇਰੀ ਫਿਲਮ ਆ ਰਹੀ ਆ ਗਾਣੇ ਗੁਣੇ ਤੈਨੂੰ ਸੁਣਾਈ ਜਾਵੇ ਨੱਚੀ ਤੁਰੀ ਜਾਵੇ ਰੋਲੇ ਰੱਪੇ ਪਾਈ ਜਾਓ ਮੈਂ ਕਿਹਾ ਉਹ ਠੀਕ ਹੈ ਇੰਜੋਏਮੈਂਟ ਠੀਕ ਹੈ ਪਰ ਫਿਲਮ ਨਹੀਂ ਮੈਂ ਦੇਖਣ ਜਾਉਂਗਾ ਨਹੀਂ ਦੇਖੂਗਾ